आंगनवाड़ी वर्करां ते हैल्परां दे वल्लों अपणियां मंगां नूं लै के विधायक नरेश कटारिया दे घर दे बाहर धरना लगाया गया। इस मौके मंग कीती गई कि उन्हां दीआं जिहड़ियां मंगां ने उह पूरीआं कीतीआं जाण। पूरा देश आजादी दिहाड़ा मना रहा है, पर दूजे पासे जीरा ते मक्खू दीआं आंगनवाड़ी वर्करां ते हैल्परां दे वल्लों अपणियां पुराणियां मंगां नूं लै के विधायक नरेश कटारिया दे घर दे बाहर धरना लगाया गया अते नारेबाजी भी की गई। पत्रकारां नूं जानकारी दिंदिआं आगूआं ने दस्सिआ कि पिछले डेढ़ साल तों जदों दी आम आदमी पार्टी दी सरकार सत्ता विच आई है उदों तों ही समें सिर मान पता नहीं मिलिआ। इस मौके उन्हां ने कहा कि आंगनवाड़ी सेंटरां दे विच खाली पईआं आंगनवाड़ी वर्करां ते हैल्परां दीआं आसामियां तुरंत भरीआं जाण। जीरा तों अज दी आवाज़ दे लई शुभम खुराना दी रिपोर्ट। ਅਸੀਂ ਐਮਐਲਏ ਸਾਹਿਬ ਦੀ ਕੋਠੀ ਮੂਹਰੇ ਘੱਟ ਤੋਂ ਘੱਟ 2.5-3 ਘੰਟੇ ਹੋ ਗਏ ਸਾਨੂੰ ਇੰਨੀ ਗਰਮੀ ਦੇ ਵਿੱਚ ਬੈਠਿਆਂ ਨੂੰ ਪਿੱਟ ਸਿਆਪਾ ਕਰਦਿਆਂ ਨੂੰ। ਇਹਨਾਂ ਨੇ ਇੱਕ ਵਾਰੀ ਸਾਡੀ ਸਾਹ ਦੇ ਲਈ ਆ ਕੇ ਦਰਵਾਜ਼ੇ ਐਂ ਬੰਦ ਕਰ ਲਏ ਜਿਵੇਂ ਅਸੀਂ ਬੰਬ ਲੈ ਕੇ ਆਈਆਂ ਹੁੰਦੀਆਂ, ਕਿ ਸਾਡੇ ਕੋਲੇ ਪਾਣੀ ਵਾਲੀਆਂ ਬੋਤਲਾਂ ਹੀ ਸੀ ਇਕੱਲੀਆਂ। ਇਹਨਾਂ ਨੇ ਸਾਡੇ ਨਾਲ ਵੋਟਾਂ ਵੇਲੇ ਵਾਅਦਾ ਕੀਤਾ ਸੀ ਵੀ ਅਸੀਂ ਆਂਗਨਵਾੜੀ ਵਰਕਰ ਦੀ ਪੇ ਦੁੱਗਣੀ ਕਰਾਂਗੇ, ਤੁਹਾਡਾ ਮਾਣ ਭੱਤਾ ਦੁੱਗਣਾ ਕਰਾਂਗੇ। ਦੁੱਗਣਾ ਤਾਂ ਕਰਨਾ ਦੂਰ ਦੀ ਗੱਲ ਸੀ, ਜਿਹੜੀ ਸਾਨੂੰ ਮਹੀਨੇ ਪਿੱਛੋਂ ਪੂਰੀ ਪੇ ਮਿਲਦੀ ਸੀ ਉਹ ਵੀ ਨਹੀਂ ਸਾਨੂੰ ਮਿਲੀ। ਇੱਕ ਵਾਰੀ ਸਾਨੂੰ ਪੂਰੀ ਪੇ ਨਹੀਂ ਮਿਲੀ ਜਦੋਂ ਦੀ ਇਹ ਸਰਕਾਰ ਆਮ ਆਦਮੀ ਦੀ ਆਈ ਆ। ਇਸ ਸਰਕਾਰ ਨੇ ਬਹੁਤ ਹੀ ਹਾਲਾਤ ਮਾੜੇ ਕੀਤੇ ਆ, ਪਰ ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ ਇਸ ਸਰਕਾਰ ਦੀ। ਵੀ ਜੀ ਸਾਡਾ ਇਹ ਜਿਹੜਾ ਅੱਜ ਧਰਨੇ ਦਾ ਮਕਸਦ ਆ, ਸਾਡੇ ਜਿਹੜੇ 10-10 ਮਹੀਨੇ ਹੋ ਗਏ ਪੇ ਨਹੀਂ ਮਿਲੀ, ਸਾਡੇ ਜਿਹੜੇ ਬਲਾਕ ਆ ਮੱਖੂ ਬਲਾਕ ਜਿੰਦਾ ਨਹੀਂ ਸੋਰੀ ਮੱਖੂ ਤੇ ਹੋਰ 5 ਬਲਾਕ ਐਨ ਜੀ ਓ ਦੇ ਅਧੀਨ ਚੱਲਦੇ, ਤੇ ਐਨ ਜੀ ਓ ਦੇ ਅਧੀਨ ਹੋਇਆਂ ਨੂੰ ਇਹਨਾਂ ਨੂੰ ਵੀ ਮਰਜ਼ੀ ਚ ਕੀਤਿਆਂ ਨੂੰ 90% ਸਾਡਾ ਕੰਮ ਹੋ ਗਿਆ, 10% ਸਾਡਾ ਰਿਹਾ। ਇੱਕ ਤਾਂ ਉਹ ਨਹੀਂ ਸਾਡਾ ਇਹ ਸਰਕਾਰਾਂ ਕਰਦੀਆਂ ਪਈਆਂ, ਜੇ ਕੋਈ ਘਪਲਾ ਹੋਇਆ ਵੀਰੇ ਤੇ ਉਹ ਉਹਨਾਂ ਨੂੰ ਪਿੱਛੇ ਸਾਡੀਆਂ ਤਨਖਾਹਾਂ ਦਾ ਨਾ ਰੋਕਣ। 10-10 ਮਹੀਨੇ ਤਨਖਾਹ ਨਹੀਂ ਮਿਲਣੀ ਹੈ ਕਿੱਥੋਂ ਦਾ ਕਾਨੂੰਨ ਆ। ਇੱਕ ਅੱਜ 15 ਅਗਸਤ ਵਾਲੇ ਦਿਨ ਦੇਖੋ ਵੀਰੇ, ਸਾਰੇ ਆਂਗਨ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਆ, ਤੇ ਸਾਨੂੰ ਸਰਕਾਰਾਂ ਨੇ ਸਾਡੀ ਯੂਨੀਅਨ ਦੇ ਡਰ ਤੋਂ ਅੱਜ ਸਾਡੇ ਸਿਰਫ ਇੱਕ ਆਂਗਨਵਾੜੀ ਸੈਂਟਰ ਖੁੱਲੇ। ਇਹਨਾਂ ਨੇ ਉਸ ਟਾਈਮ ਦੇ ਵਿੱਚ ਖੋਲੇ ਆਂਗਨਵਾੜੀ ਸੈਂਟਰ, ਖੋਲਣ ਨੂੰ ਸਾਨੂੰ ਤਾਂ ਕਿਹਾ ਵੀ ਜਿਹੜੇ ਅਸੀਂ ਝੰਡੇ ਦੀ ਰਸਮ ਸਕੂਲਾਂ 'ਚ ਕਰਨੀ ਆ ਜਾ ਕੇ, ਇਹ ਕਿਤੇ ਉੱਥੇ ਖਿਲਾਰਾ ਨਾ ਪਾਰਨ। ਪਰ ਸਾਡੀ ਜਿਹੜੀ ਯੂਨੀਅਨ ਆ, ਸਾਡੀ ਜਿਹੜੀ ਹਰਗੋਬਿੰਦ ਭੈਣ ਦਾ ਸੱਦਾ ਵਾ, ਅਸੀਂ ਉਹਨੂੰ ਸਿਰੇ ਲਾ ਕੇ ਹੀ ਛੱਡ ਦੇਣਾ। ਅੱਜ ਸਾਡੇ ਇੰਨੀ ਇਹ ਸੀਗਾ ਥੋੜਾ ਪ੍ਰੋਗਰਾਮ, ਇੱਕ ਸਾਡੇ ਮਿੰਨੀ ਸੈਂਟਰ ਜਿਹੜੇ ਆ ਉਹ ਫੁੱਲ ਕਰਨ, ਐਨ ਜੀ ਓ ਬਲਾਕ ਸਾਡੇ ICDS 'ਚ ਵਾਪਸ ਕਰਨ, 3-6 ਸਾਲ ਦੇ ਬੱਚੇ ਸਾਡੇ ਪ੍ਰੀ ਪ੍ਰਾਇਮਰੀ ਸਕੂਲਾਂ 'ਚ ਦੇ ਤੇ ਸਾਨੂੰ ਵਾਪਸ ਕਰਨ। ਹੁਣ ਸਾਡੇ ਸਕੂਲਾਂ ਦਾ ਜਿਹੜਾ ਬੱਚਿਆਂ ਦਾ 4-6 ਸਾਲ ਦੇ ਬੱਚੇ ਸੀ ਉਹਨਾਂ ਦਾ ਖਾਣਾ ਸੀ ਸਾਡੇ ਕੋਲ ਆਉਂਦਾ, ਉਹ ਵੀ ਸਕੂਲਾਂ 'ਚ ਦੇ ਦਿੱਤਾ। ਬੱਚੇ ਪਹਿਲਾਂ ਖਾਲੇ, ਹੁਣ ਉਹਨਾਂ ਦਾ ਖਾਣਾ ਵੀ ਉਹਨਾਂ ਨੂੰ ਦੇ ਦਿੱਤਾ। ਇਹ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਉਹ ਛੋਟੇ ਮਾਸੂਮ ਬੱਚੇ ਆ ਜਿਨ੍ਹਾਂ ਨੂੰ ਅਸੀਂ ਆਂਗਨਵਾੜੀ 'ਚ ਦਲੀਆ ਤੇ ਖੀਰ ਦੁੱਧ ਵਾਲੀ ਦਿੰਦੇ ਸੀ, ਹੁਣ ਉਹ ਸਕੂਲਾਂ 'ਚ ਮਿੱਠਾ ਵਾਲਾ ਖਾਣਾ ਖਾਣਗੇ।